ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ ਰੌਤਕ ਦੀ ਸੋਨਾਰੀਆ ਜੇਲ੍ਹ ਦੇ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਵਿਭਾਗ ਨੇ ਪੈਰੋਲ ਦੇ ਦਿੱਤੀ ਹੈ ਰਾਮ ਰਹੀਮ ਨੂੰ ਸ਼ੁੱਕਰਵਾਰ ਸਵੇਰੇ ਜੇਲ੍ਹ ਤੋਂ ਬਾਹਰ ਲਿਆਂਦਾ ਗਿਆ ਅਤੇ ਭਾਰੀ ਸੁਰੱਖਿਆ ਦੇ ਵਿਚਕਾਰ ਰਾਮ ਰਹੀਮ ਨੂੰ ਅੱਜ ਜੇਲ੍ਹ ਤੋਂ ਬਾਹਰ ਜਿਹੜਾ ਹੁਣ ਕੱਢਿਆ ਗਿਆ ਹੈ ਦੱਸਿਆ ਜਾ ਰਿਹਾ ਕਿ ਪੈਰੋਲ ਦੀ ਮਿਆਦ ਦੌਰਾਨ ਉਹ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਰਹਿਣਗੇ ਇਹ ਆਸ਼ਰਮ ਬਾਗਪਤ ਦੇ ਬਰਨਾਵਾ ਪਿੰਡ ਵਿੱਚ ਸਥਿਤ ਹੈ ਤੇ ਰਾਮ ਰਹੀਮ ਦਾ ਇਹ ਡੇਰਾ ਹੋਵੇਗਾ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ 1 ਮਹੀਨੇ ਦੀ ਪੈਰੋਲ ਦਿੱਤੀ ਹੈ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਫਰਵਰੀ ਵਿੱਚ ਰਾਮ ਰਹੀਮ ਨੂੰ 21 ਦਿਨਾਂ ਦੀ ਪੈਰੋਲ ਦਿੱਤੀ ਸੀ ਇਸ ਦੇ ਦੌਰਾਨ ਸਰਕਾਰ ਨੇ ਰਾਮ ਰਹੀਮ ਨੂੰ ਜੈਡ ਪਲੱਸ ਸੁਰੱਖਿਆ ਪ੍ਰਦਾਨ ਕੀਤੀ ਸੀ ਇਹ ਕਹਿੰਦੇ ਹੋਏ ਕਿ ਉਸ ਦੀ ਜਾਨ ਨੂੰ ਖਤਰਾ ਹੈ ਫਰਲੋ ਦੌਰਾਨ ਰਾਮ ਰਹੀਮ ਜ਼ਿਆਦਾਤਰ ਸਮਾਂ ਆਪਣੇ ਗੁਰੂਗ੍ਰਾਮ ਆਸ਼ਰਮ ਵਿੱਚ ਹੀ ਰਹੇ ਰਾਮ ਰਹੀਮ ਨੂੰ 25 ਅਗਸਤ 2017 ਨੂੰ ਵੀ ਵਿਸ਼ੇਸ਼ ਸੀਬੀਆਈ ਅਦਾਲਤ ਨੇ ਦੋ ਆਦਮੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਸਜ਼ਾ ਸੁਣਾਈ ਸੀ ਪੰਚਕੂਲਾ ਵਿੱਚ ਹਿੰਸਾ ਤੋਂ ਬਾਅਦ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਭੇਜ ਦਿੱਤਾ ਗਿਆ ਸੀ ਉਦੋਂ ਤੋਂ ਹੀ ਉਹ ਜੇਲ੍ਹ ਵਿੱਚ ਬੰਦ ਨੇ ਤੋ ਬਾਅਦ ਉਹਨਾਂ ਨੂੰ ਪੱਤਰਕਾਰ ਰਾਮਚੰਦਰ ਛਤਰਪਤੀ ਕਤਲ ਕੇਸ ਵਿੱਚ ਸਜ਼ਾ ਸੁਣਾਈ ਗਈ ਸੀ ਤੰਨ ਦੱਸ ਦਿੰਨੇ ਆ ਰਾਮ रहीम ਹੁਣ ਤੱਕ ਕਈ ਵਾਰੀ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ ਪਿਛਲੇ ਸਾਲ 12 ਮਈ 2021 ਨੂੰ ਡੇਰਾ ਮੁਖੀ ਨੂੰ ਇਲਾਜ ਦੇ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਉਸ ਦੌਰਾਨ ਰਾਮ ਰਹੀਮ ਨੂੰ 48 ਘੰਟਿਆਂ ਦੀ ਪੈਰੋਲ ਮਿਲੀ ਸੀ ਉਹ ਗੁਰੂਗ੍ਰਾਮ ਵਿੱਚ ਆਪਣੀ ਬਿਮਾਰ ਮਾਂ ਨੂੰ ਮਿਲਣ ਗਏ ਸੀ ਇਸ ਤੋਂ ਬਾਅਦ 3 ਜੂਨ 2021 ਨੂੰ ਦੁਬਾਰਾ ਜਾਂਚ ਦੇ ਲਈ पीजीआईएमएस ਲਿਆਂਦਾ ਗਿਆ ਉਹਨਾਂ ਨੂੰ 6 ਜੂਨ ਨੂੰ ਵੀ ਉਹਨਾਂ ਨੂੰ ਇਲਾਜ ਲਈ ਗੁਰੂਗ੍ਰਾਮ ਦੇ ਮੈਦਾਨਤਾ ਮੈਡੀ ਸਿਟੀ ਵਿੱਚ ਭਰਤੀ ਕਰਵਾਇਆ ਗਿਆ ਸੀ ਹੁਣ ਜਿਹੜੇ ਸਾਰੇ ਸਿਆਸੀ ਲੀਡਰ ਤੇ ਕਈ মিডিਆ ਵਾਲਿਆਂ ਦੇ ਸੂਤਰਾਂ ਦੇ ਮੁਤਾਬਕ ਇਹ ਕਹਿਣਾ ਸੀ ਕਿ ਰਾਮ ਰਹੀਮ ਹੈ ਜਿਹੜਾ ਕਿ ਬਹੁਤ ਹੀ ਸਵੀਅਰ ਅਪਰਾਧਾਂ ਦੇ ਵਿੱਚ ਕੈਦ ਹੋਇਆ ਤੇ ਉਹ ਕਦੇ ਵੀ ਸਲਾਖਾਂ ਤੋਂ ਬਾਹਰ ਨਹੀਂ ਆ ਸਕਦਾ ਤਾਂ ਹੁਣ ਜਿਹੜਾ ਉਹ ਸਵਾਲ ਦਾ ਜਵਾਬ ਹੈ ਉਹ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਜਿਹੜਾ ਸਰਕਾਰ ਹੈ ਕੇਂਦਰ ਸਰਕਾਰ ਤੇ ਇੱਕ ਕੁਐਸਚਨ ਖੜਾ ਕਰਦਾ ਹੈ ਕਿ ਐਨੇ ਖਤਰਨਾਕ ਅਪਰਾਧਾਂ ਦਾ ਮਾਲਕ ਹੋ ਕੇ ਐਨੇ ਖਤਰਨਾਕ অপਰਾধান ਦੀ سزا ਕੱਟਣ ਦੇ ਬਾਅਦ ਵੀ ਉਸ ਨੂੰ बार-बार ਸਰਕਾਰ ਆਖਰ ਕਿਉਂ ਪੈਰੋਲ ਤੇ ਬਾਹਰ ਕੱਢ ਰਹੀ ਹੈ ਵੈਸੇ ਜੇਕਰ ਗੱਲ ਕੀਤੀ ਜਾਵੇ ਡੇਰਾ ਸੱਚਾ ਸੌਦਾ ਪ੍ਰੇਮੀਆਂ ਦੀ ਤਾਂ ਹਰ ਵਾਰ ਰਾਮ ਰਹੀਮ ਦੇ ਬਾਹਰ ਆਨ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਚਾਹ ਜਿਹੜਾ ਚੜ ਜਾਂਦਾ ਤੇ satsang ਵੀ ਉਹ ਕਰਨ ਲੱਗਦੇ ਨੇ ਬੇਸ਼ੱਕ ਉਹ ਆਪ ਰਾਮ ਰਹੀਮ ਉੱਥੇ ਮੌਜੂਦ ਨਹੀਂ ਹੁੰਦੇ ਪਰ ਟੇਪ ਰਿਕਾਰਡਰਾਂ ਤੇ ਲਗਾ ਕੇ ਹੀ ਉਹ ਮਸਤੀ ਵਿੱਚ ਝੂਮਣ ਲੱਗ ਜਾਂਦੇ ਨੇ ਪਰ ਜੇਕਰ ਇੱਕ ਸਵਾਲ ਉਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਜਿਹੜਾ ਉਹਨਾਂ ਨੇ ਸਾਧਵੀਆਂ ਨਾਲ ਇਹ ਸਲੂਕ ਕੀਤਾ ਸੀ ਉਸ ਤੋਂ ਬਾਅਦ ਵੀ ਉਹਨਾਂ ਦੇ ਦਿਲ ਵਿੱਚ ਰਾਮ ਰਹੀਮ ਨੂੰ ਲੈ ਕੇ ਕਦੇ ਵੀ ਕੋਈ ਸ਼ੰਕਾ ਨਹੀਂ ਪੈਦਾ ਹੋਈ ਆਖਰ ਕਿਉਂ ਉਹ ਉਸ ਦੇ ਜਾਣਦੇ باوجود ਵੀ ਉਸ ਨੂੰ ਪੂਜਦੇ ਨੇ ਤੇ ਇਸ ਤਰ੍ਹਾਂ ਜਦੋਂ ਵੀ ਉਹ ਪੈਰੋਲ ਤੇ ਬਾਹਰ ਆਉਂਦੇ ਨੇ ਤਾਂ ਜਿਵੇਂ ਕੋਈ ਪਰਮਾਤਮਾ ਜ਼ਮੀਨ ਤੇ ਉਤਰਦਾ ਉਸ ਤਰ੍ਹਾਂ ਉਸ ਦੀ ਪੂਜਾ ਕੀਤੀ ਜਾਂਦੀ ਹੈ ਸੋ ਇਹ ਆਪਣੇ ਆਪ ਦੇ ਵਿੱਚ ਇੱਕ ਸਮਾਜ ਤੇ ਤੇ ਸਰਕਾਰ ਤੇ ਬਹੁਤ ਵੱਡਾ ਸਵਾਲ ਹੈ ਕਿ ਜਿਹੜਾ ਬੰਦਾ ਅਪਰਾਧਾਂ ਦੀ ਇੰਨੇ ਖਤਰਨਾਕ ਅਪਰਾਧਾਂ ਦੀ سزا ਕੱਟ ਰਿਹਾ ਹੋਵੇ ਉਹਨੂੰ ਇਸ ਤਰ੍ਹਾਂ ਜਿਹੜੀ ਸਰਕਾਰ ਹੈ ਕੋਰਟ ਹੈ ਪੈਰੋਲ ਤੇ ਆਖਰ ਕਿੱਦਾਂ ਬਾਹਰ ਕੱਢ ਸਕਦੀ ਹੈ ਤੇ ਇਸ ਤੋਂ ਬਾਅਦ ਜਿਹੜੀ ਆਮ ਜਨਤਾ ਉਸ ਦੀ ਸੇਫਟੀ ਬਾਰੇ ਸਰਕਾਰ ਦਾ ਕੀ ਕਹਿਣਾ ਇਹ ਤਾਂ ਆਉਣ ਵਾਲੇ ਸਮੇਂ ਵਿੱਚ ਹੀ ਪਤਾ ਲੱਗੇਗਾ